जे तुसीं धरना प्रदर्शन करना है, लॉ एंड ऑर्डर की सिचुएशन नूं खराब करना है, फिर असीं उरे खड़े हां। फिर कितना ट्रैफिक जाम करिया सर, सड़क रोकी हुई, तुहाडे लई रोकी हुई है। ਮੁੱਖ ਮੰਤਰੀ ਸਾਹਿਬ ਇਸ ਚੀਜ਼ ਦਾ ਜਵਾਬ ਦੇਣ ਕਿ ਕੱਚੇ ਮੁਲਾਜ਼ਮ ਬਾਕੀ ਪੱਕੇ ਕੀਤੇ ਗਏ ਨੇ ਕਿ ਜਾਂ ਉਹਨਾਂ ਨੂੰ ਸੀਮੈਂਟ ਲਾਉਣ ਵਾਲਾ ਮਜ਼ਾਕ ਕਰਨਾ ਹੀ ਉਹਨਾਂ ਦਾ ਪੇਸ਼ਾ ਹੈ। ਤੁਹਾਡੇ ਪ੍ਰੋਟੈਸਟਰ ਕਰਕੇ ਹੀ ਸਾਨੂੰ ਆਹ ਰੋਡ ਖਾਲੀ ਰੱਖਣਾ ਪਿਆ, ਟ੍ਰੈਫਿਕ ਨੂੰ ਵਿਘਨ ਪਾਉਣਾ ਪਿਆ ਸਾਨੂੰ। ਅਸੀਂ ਸਾਈਡ ਤੇ ਹੋ ਜਾਣਾ, ਦੇਖ ਲਿਆ ਕਿਹੜਾ ਟ੍ਰੈਫਿਕ ਲਾਈਨ ਦਾ ਜਵਾਬ ਅਸੀਂ ਸਰਕਾਰ ਤੋਂ ਮੰਗਾਂਗੇ। ਜੇ ਉਹ ਨਹੀਂ ਦੇਵੇਗੀ ਸਰਕਾਰ ਤਾਂ ਉਸ ਜਨਤਾ ਦੇਖੂਗੀ, ਲਾਈਵ ਚੱਲੇਗਾ ਸਾਰਾ ਕੁਝ, ਸਾਰਿਆਂ ਨੂੰ ਸਾਹਮਣੇ ਆਊਗਾ ਕੀ ਸੱਚ ਆ ਤੇ ਕੀ ਝੂਠ ਆ। ਜਿੱਥੇ ਮਰਜ਼ੀ ਦਫ਼ਤਰ 'ਚ ਕਰ ਸਕਦੇ ਹੋ ਸਰ, ਮੇਰੀ ਗੱਲ ਸੁਣੋ ਮੇਰੀ। ਜੇ ਤੁਸੀਂ ਆਮ ਪਬਲਿਕ ਜਿਵੇਂ ਕੋਈ ਜਾ ਕੇ ਕੁਸ਼ਚਨ ਪੁੱਛਣਾ ਹੈ, ਇਹਨਾਂ ਨੂੰ ਜਾ ਕੇ ਤੁਸੀਂ 4 ਨੰਬਰ ਗੇਟ ਤੋਂ ਤੁਹਾਡੀ ਐਂਟਰੀ ਹੈ, ਤੁਸੀਂ ਆਰਾਮ ਨਾਲ ਇਕੱਲੇ ਇਕੱਲੇ ਸਿੰਗਲ ਪਾਰਟੀ ਜਾ ਸਕਦੇ ਹੋ, ਕੋਈ ਕਿਸੇ ਨੂੰ ਰੋਕਿਆ ਨਹੀਂ ਗਿਆ। ਜੇ ਤੁਸੀਂ ਧਰਨਾ ਪ੍ਰਦਰਸ਼ਨ ਕਰਨਾ ਹੈ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਖਰਾਬ ਕਰਨਾ ਹੈ, ਫਿਰ ਅਸੀਂ ਉਰੇ ਖੜੇ ਹਾਂ। ਫਿਰ ਸਰ ਅਸੀਂ ਲਾਅ ਐਂਡ ਆਰਡਰ ਬਿਲਕੁਲ ਵੀ ਖਰਾਬ ਨਹੀਂ ਕੀਤਾ, ਅਸੀਂ ਤਾਂ ਆ ਕੇ ਰਿਕੁਐਸਟ ਕਰ ਰਹੇ ਹਾਂ, ਅਸੀਂ ਤਾਂ ਪੀਸਫੁਲੀ ਆਪਣਾ ਆ ਰਹੇ, ਕੋਈ ਰਸਤਾ ਨਹੀਂ ਰੁਕਿਆ, ਕੋਈ ਕੁਛ ਨਹੀਂ। ਤੁਹਾਨੂੰ ਦੱਸਿਆ ਜੇ ਤੁਸੀਂ ਕੋਈ ਅੰਦਰ ਜਾ ਕੇ ਡਿਬੇਟ ਕਰਨਾ ਚਾਹੁੰਦੇ ਹੋ, ਸਿੰਗਲ ਸਿੰਗਲ ਬੰਦਾ ਜਾ ਕੇ 4 ਨੰਬਰ ਗੇਟ ਤੋਂ ਤੁਹਾਡੀ ਐਂਟਰੀ ਹੈ, ਤੁਸੀਂ ਆਪਦੀ ਐਂਟਰੀ ਕਰਾ ਕੇ ਜਾ ਸਕਦੇ ਹੋ। ਹਾਂ ਠੀਕ ਹੈ, ਬਟ ਇਹ ਕੰਮ ਨਹੀਂ ਹੈ ਕਿ ਆਪਾਂ ਉਰੇ ਧਰਨਾ ਪ੍ਰਦਰਸ਼ਨ ਕਰੀਏ, ਲਾਅ ਐਂਡ ਆਰਡਰ ਦੀ ਪ੍ਰੋਬਲਮ ਕ੍ਰੀਏਟ ਕਰੀਏ। ਕੋਈ ਅਸੀਂ ਕਿਹੜਾ ਟ੍ਰੈਫਿਕ ਜਾਮ ਕਰਿਆ ਸਰ, ਸੜਕ ਰੋਕੀ ਹੋਈ, ਤੁਹਾਡੇ ਲਈ ਰੋਕੀ ਹੋਈ ਹੈ। ਤੁਸੀਂ ਸ਼੍ਰੀਮਾਨ ਜੀ, ਨਹੀਂ, ਇਹ ਲਾਅ ਐਂਡ ਆਰਡਰ ਤੁਸੀਂ ਤੋੜ ਰਹੇ ਹੋ, ਰੋਜ਼ ਸੜਕ ਦੇ ਵਿੱਚ ਜਾ ਰਹੇ ਹੋ, ਆਪਣਾ ਸਾਈਡ ਤੇ ਫੁੱਟਪਾਥ ਤੇ ਖੜ ਕੇ ਜੋ ਮਰਜ਼ੀ ਕਰ ਲਓ, ਠੀਕ ਹੈ। ਤੁਸੀਂ ਉੱਥੇ ਜਾ ਕੇ ਤੁਸੀਂ ਸਾਈਡ ਤੇ, ਆਹ ਰੋਡ ਨਹੀਂ ਹੈ, ਆਪਣਾ ਸਾਈਡ ਤੇ ਜਾ ਕੇ ਜੋ ਮਰਜ਼ੀ ਕਰ ਲਓ। ਤੁਹਾਡਾ ਕਲੋਜ਼ ਕੀਤਾ ਹੋਇਆ ਰੋਡ ਆ ਜੀ, ਇਹ ਕਲੋਜ਼ ਤੁਹਾਡੇ ਕੋਲ ਕਰਨਾ ਪਿਆ ਤਾਂ ਕਿ ਤੁਹਾਨੂੰ ਕੋਈ ਸੱਟ ਪੇਟ ਨਾ ਮਾਰ ਜੇ, ਠੀਕ ਹੈ। ਉਧਰੋਂ ਹੀ ਬੰਦ ਆ, ਗੱਡੀਆਂ ਤਾਂ ਅਸੀਂ ਦੂਜੇ ਪਾਸੇ ਉਹਨੂੰ ਬੱਸ ਸਟੈਂਡ ਕਰੀ। ਤੁਸੀਂ ਭੈਣ ਜੀ ਬਿਲਕੁਲ ਜਾ ਸਕਦੇ ਹੋ, ਐਵੇਂ ਬਹਿਕਾਵੇ 'ਚ ਨਾ ਹੋ ਲੋਕਾਂ ਦੇ, ਤੁਸੀਂ ਆਪਦਾ 4 ਨੰਬਰ ਗੇਟ ਤੋਂ ਐਂਟਰੀ ਤੁਹਾਡੀ ਹੈਗੀ ਹੈ, ਤੁਸੀਂ ਜਾ ਸਕਦੇ ਹੋ। ਇਕੱਲੇ ਇਕੱਲੇ ਮੈਂ ਤੁਹਾਨੂੰ ਭੇਜਣਾ, ਭੇਜ ਸਕਦਾ, ਤੁਸੀਂ ਆਪਣਾ ਉੱਥੇ ਪਹੁੰਚੋ, ਆਪਦੇ ਆਹ ਬੈਨਰ 'ਚ ਆਪਣੇ ਕੋਲ ਰੱਖੋ, ਜਿਹਨੇ ਜਾਣਾ ਆਪਦੀ ਐਂਟਰੀ ਕਰਾਓ, ਤੁਹਾਨੂੰ ਅਸੀਂ ਭੇਜਣ ਦੀ ਤਿਆਰ ਹਾਂ। ਜੇ ਤੁਹਾਡਾ ਕੋਈ ਮੈਮੋਰੈਂਡਮ ਵੀ ਹੈ, ਉਹ ਵੀ ਅਸੀਂ ਮੈਮੋਰੈਂਡਮ ਵੀ ਪਹੁੰਚਦਾ ਕਰ ਸਕਦੇ ਹਾਂ, ਠੀਕ ਹੈ। ਨਹੀਂ ਠੀਕ ਹੈ, ਜੇ ਕੋਈ ਉਹ ਜਿਹਾ ਤੁਹਾਨੂੰ ਲੱਗਦਾ ਵੀ ਕਿਹੜਾ ਤੁਹਾਡਾ ਟੀਚਰ ਯੂਨੀਅਨ ਹੈ, ਕੋਈ ਤੁਹਾਡੀ ਗੱਲ ਕਰ ਲੈਂਦੇ ਆ, ਤੁਹਾਨੂੰ ਇੱਕ ਇੱਕ ਕਰਕੇ ਤੁਹਾਨੂੰ ਅਸੀਂ ਦੇਖੋ, ਪਤਾ ਕੀ ਹੈ ਬ੍ਰਦਰ, ਸਾਨੂੰ ਬੈਠਣ ਸੀਐਮ ਦੇ ਤੁਹਾਡੇ ਵਿੱਚ ਹੀ ਸਾਡੇ ਭੈਣ ਭਾਈ ਵੀ ਨੇ, ਇਸ ਕਰਕੇ ਸਾਨੂੰ ਐਵੇਂ ਨਾ ਦੁਸ਼ਮਣ ਨਾ ਲਾਓ, ਸਾਡਾ ਗੱਲ ਇਹ ਹੈ ਕਿ ਅਸੀਂ ਸਿਰਫ ਤੁਹਾਡੀ, ਅਸੀਂ ਤੁਹਾਨੂੰ ਸਿੰਗਲ ਅਸੀਂ ਲਾਓ ਕਰਾਂਗੇ, ਜੋ ਐਂਟਰੀ ਐਜ਼ ਪਰ ਲਾਅ ਬਣਦੀ ਅਸੀਂ ਕਰਾਵਾਂਗੇ ਤੁਹਾਡੀ, ਠੀਕ ਹੈ। ਪਰ ਆਪਣਾ ਤੁਸੀਂ ਉੱਥੇ ਜਿੱਥੇ ਤੁਹਾਡੀ ਗੱਡੀਆਂ ਮੋਟਰਸਾਈਕਲ ਸਕੂਟਰ ਖੜੇ ਨੇ, ਉੱਥੋਂ ਦੀ ਆਪਦਾ ਇੱਕ ਇੱਕ ਕਰਕੇ ਆਪਦਾ ਸਮਾਨ ਇਹ ਜਿਹੜਾ ਸਹੀ ਹੈ ਰੱਖ ਕੇ, ਐਨ ਜੈਂਟਲਮੈਨ ਜਿਵੇਂ ਜਾ ਕੇ ਕੁਸ਼ਚਨ ਪੁੱਛ ਰਹੇ ਆ, ਯੂ ਆਰ ਅਲਾਊਡ, ਠੀਕ ਹੈ। ਤੁਸੀਂ ਆਪਣਾ ਸਿੰਗਲ ਸਿੰਗਲ ਮੈਨੂੰ ਦੱਸੋ, ਮੈਂ ਤੁਹਾਡੇ ਨਾਲ ਇੱਕ ਮੁਲਾਜ਼ਮ ਲਾ ਕੇ ਤੁਹਾਡੀ ਐਂਟਰੀ ਪ੍ਰੋਪਰ ਕਰਾ ਕੇ ਭੇਜ ਦਾਂਗੇ। ਪਹੁੰਚੋ, ਤੁਸੀਂ ਉੱਥੇ ਹੀ ਪਹੁੰਚੋ, ਤੇ ਆਪਣਾ ਕੁਐਸਚਨ ਪੁੱਟ ਕਰਾਂਗੇ, ਉਹਦਾ ਜਵਾਬ ਅਸੀਂ ਸਰਕਾਰ ਤੋਂ ਮੰਗਾਂਗੇ। ਜੇ ਉਹ ਨਹੀਂ ਦੇਵੇਗੀ ਸਰਕਾਰ ਤਾਂ ਉਸ ਜਨਤਾ ਦੇਖੂਗੀ, ਲਾਈਵ ਚੱਲੇਗਾ ਸਾਰਾ ਕੁਝ, ਸਾਰਿਆਂ ਨੂੰ ਸਾਹਮਣੇ ਆਊਗਾ ਕੀ ਸੱਚ ਆ ਤੇ ਕੀ ਝੂਠ ਆ। ਤਾਂ ਇਸ ਲਈ ਅਸੀਂ ਇਹ ਸੱਚ ਝੂਠ ਦਾ ਨਿਚੋੜ ਕਰਨ ਵਾਸਤੇ ਅੱਜ ਲੋਕ ਕਚਹਿਰੀ ਵਿੱਚ ਹਾਜ਼ਰ ਹੋਏ ਹਾਂ, ਅਤੇ ਮੁੱਖ ਮੰਤਰੀ ਸਾਹਿਬ ਇਸ ਚੀਜ਼ ਦਾ ਜਵਾਬ ਦੇਣ ਕਿ ਕੱਚੇ ਮੁਲਾਜ਼ਮ ਬਾਕੀ ਪੱਕੇ ਕੀਤੇ ਗਏ ਨੇ, ਕਿ ਜਾਂ ਉਹਨਾਂ ਨੂੰ ਸੀਮੈਂਟ ਲਾਉਣ ਵਾਲਾ ਮਜ਼ਾਕ ਕਰਨਾ ਹੀ ਉਹਨਾਂ ਦਾ ਪੇਸ਼ਾ ਹੈ, ਜਾਂ ਉਹਨਾਂ ਦਾ ਇਹ ਚੀਜ਼ ਦਾ ਜਵਾਬ ਹੈ। ਤਾਂ ਇਸ ਲਈ ਸਾਨੂੰ ਅੰਦਰ ਭੇਜਿਆ ਜਾਵੇ, ਅਸੀਂ ਜਾਣ ਲਈ ਤਿਆਰ ਹਾਂ ਜੀ। ਕਰਕੇ ਗੱਲ ਕਰੋ, ਤੁਹਾਨੂੰ ਮੈਂ ਇਹ ਦੱਸ ਰਿਹਾ ਕਿ ਜੇ ਤੁਹਾਡੇ ਪ੍ਰੋਟੈਸਟਰ ਕਰਕੇ ਹੀ ਸਾਨੂੰ ਆਹ ਰੋਡ ਖਾਲੀ ਰੱਖਣਾ ਪਿਆ, ਟ੍ਰੈਫਿਕ ਨੂੰ ਵਿਘਨ ਪਾਉਣਾ ਪਿਆ ਸਾਨੂੰ, ਇਹ ਸਿਰਫ ਤੇ ਸਿਰਫ ਜੇ ਤੁਸੀਂ ਆਪਦਾ ਪੀਸਫੁਲੀ ਪ੍ਰੋਟੈਸਟ ਕਰਨਾ ਸਾਈਡ ਤੇ ਖੜ ਜਾਓ। ਗੱਲ ਤਾਂ ਸਰ ਠੀਕ ਹੈ, ਪਹਿਲਾਂ ਹੀ ਅਰਜਨ ਕੀਤਾ ਹੋਇਆ ਮੁੱਖ ਮੰਤਰੀ ਸਾਹਿਬ ਕਰਕੇ ਨਿਕਲ ਕੇ ਆਉਣਾ। ਨਹੀਂ ਜੀ ਨਹੀਂ ਸਰ, ਅਸੀਂ 8 ਵਜੇ ਦੇ ਇੱਥੇ ਆਏ ਆ, ਅਸੀਂ ਨਹੀਂ ਇੱਥੇ ਆਪਾਂ ਪਹਿਲੇ ਹੋ ਜਾਂਦੇ ਆ, ਅਸੀਂ ਸਾਈਡ ਤੇ ਹੋ ਜਾਣਾ, ਦੇਖ ਲਿਆ ਕਿਹੜਾ ਟ੍ਰੈਫਿਕ ਲਾਈਨ। ਤੁਹਾਡੇ ਇਕੱਲੇ ਨਹੀਂ ਹੋ ਨਾ ਤੁਸੀਂ, ਤੁਹਾਡੇ ਜਿਹੜੀਆਂ ਹੋਰ ਯੂਨੀਅਨ ਤੁਸੀਂ ਸਾਨੂੰ ਫਿਰ ਤੇ ਟਾਰਗੇਟ ਬਣਾਣਾ, ਕਿ ਸਾਡਾ ਟਾਰਗੇਟ ਕਰ ਦਿਓ। ਟਾਰਗੇਟ ਨਹੀਂ ਮੈਂ ਕਰ ਰਿਹਾ, ਮੈਂ ਤੁਹਾਨੂੰ ਸਿਰਫ ਬੇਨਤੀ ਕਰ ਰਿਹਾ ਕਿ ਆਪਾਂ ਰੋਡ ਦੇ ਉੱਤੇ ਕੁਝ ਨਾ ਕਰੀਏ, ਤੁਸੀਂ ਕਰਨਾ ਉੱਤੇ ਬਹਿ ਜਾਓ, ਠੀਕ ਹੈ। ਠੀਕ ਹੈ ਸਾਨੂੰ ਅੰਦਰ ਪਹੁੰਚਦਾ ਕਰ ਭੇਜੋ ਜੀ, ਅਸੀਂ ਤਾਂ ਤਿਆਰ ਹਾਂ। ਅੰਦਰ ਪਹੁੰਚਣ ਦੀ ਮੈਂ ਤੁਹਾਡੀ ਇਕੱਲੇ ਇਕੱਲੇ ਦੀ ਪਰਮਿਸ਼ਨ ਲੈ ਦੂੰਗਾ, ਬਟ ਜੇ ਤੁਸੀਂ ਸਰ ਅਸੀਂ ਸਾਈਡ ਤੇ ਹੋ ਜਾਂਦੇ ਹਾਂ, ਤੁਸੀਂ ਪਰਮਿਸ਼ਨ ਲੈ ਦਿਓ, ਆਪਣਾ ਆਧਾਰ ਕਾਰਡ